ਮਿਸਟਰਸ ਜੀਐਸਐਸ ਲੋਗੜਾ ਅੱਜ ਤੁਹਾਨੂੰ ਕਾਇਆ ਪਰਵਰਤਨ ਮੈਟਾਮੋਰਫੋਸਿਸ ਇਨ ਫਰੌਗ ਡੱਡੂ ਦੇ ਵਿੱਚ ਕਾਇਆ ਪਰਵਰਤਨ ਕਰਾ ਰਹੇ ਹੈਗਾ। ਕੀ ਹੁੰਦਾ ਜੋ ਫੀਮੇਲ ਫਰੌਗ ਹੁੰਦੀ ਆ ਉਹ ਕੀ ਕਰੇਗੀ ਐਗ ਲੈ ਕਰਦੀ ਹੈਗੀ ਆ ਪੌਂਡ ਚ ਜਾਂ ਕਿਸੇ ਲੀਫ ਵਗੈਰਾ ਦੇ ਉੱਤੇ ਔਰ ਮੇਲ ਜਿਹੜਾ ਹੈਗਾ ਸਪਰਮ ਸਪਰੇ ਕਰ ਦੇਗਾ। ਫੀਮੇਲ ਫਰੌਗ ਜਿਹੜੀ ਹੈਗੀ ਆ ਦੇਖੋ ਪੱਤੇ ਦੇ ਉੱਤੇ ਨੇ ਲੱਗ ਕਲਸਟਰ ਐਗਸ ਦਾ ਠੀਕ ਐ ਲੈ ਕਰਤਾ ਤੇ ਜਿਹੜਾ ਮੇਲ ਮੇਲ ਹੈਗਾ ਉਹ ਇਹਨਾਂ ਦੀ ਸਪਰਮ ਦੀ ਸ਼ਕਾਰੀਆਂ ਤੋਂ ਐਗਜ਼ ਦੀ ਸੁਰੱਖਿਆ ਰੱਖਦਾ ਔਰ ਇਹਦੇ ਉੱਤੇ ਕੀ ਸਪਰੇ ਕਰੇਗਾ ਸਪਰਮਸ ਤਾਂ ਦੋ ਕੁ ਦਿਨਾਂ ਬਾਅਦ ਟੈਡਪੋਲ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਆਫਟਰ ਫਿਊ ਡੇਸ ਇਹ ਮੱਛੀ ਵਰਗੇ ਹੁੰਦੇ ਆ ਨਾ ਇਹ ਪਾਣੀ ਵਿੱਚ ਤੈਰਨ ਲਈ ਇਹਨਾਂ ਦੀ ਪੂਛ ਹੋਏਗੀ ਸਾਹ ਕਿਰਿਆ ਗਲਫੜੀਆਂ ਰਹੀ ਲਾਨਗੇ ਠੀਕ ਹੈ ਇਹ ਦੇਖ ਸਕਦੇ ਹੋ ਤੁਸੀਂ ਤਾਂ ਟੈਡਪੋਲ ਜਿਹੜੇ ਹੈਗੇ ਆ ਜਾਲੀ ਲਾਈਕ ਸਬਸਟੈਂਸ ਦੇ ਵਿੱਚ ਹੈਗੇ ਆ ਠੀਕ ਹੈ ਅੱਗ ਤੋਂ ਬਾਹਰ ਆ ਜਾਂਦੇ ਆ ਹੈਚਿੰਗ ਪੀਰੀਅਡ ਹੈਚਿੰਗ ਕੰਨੇ ਆ ਆ ਚੋਕੇ ਜਿਹੜਾ ਟੈਡਪੋਲ ਹੈ ਉਹ ਬਾਹਰ ਆ ਜਾਏਗਾ ਤਾਂ ਇਹਦੀ ਫਿਸ਼ ਲਾਈਕ ਸਟਰਕਚਰ ਹੈਗੀ ਆ ਤਰਨ ਲਈ ਪੂਛਾ ਉਲੀਓਲੀ ਇਹਦੇ ਵਿੱਚ ਕਾਇਆ ਪਰਵਰਤਨ ਹੋਏਗਾ ਇਹਦੀ ਪੂਛ ਕੀ ਹੈ ਅਲੋਪ ਹੁੰਦੀ ਜਾਂਦੀ ਹੈ ਇਸ ਨੂੰ ਮੈਟਾਮੋਰਫੋਸਿਸ ਕਹਿੰਦੇ ਆ ਔਰ ਲਿੰਸ ਲੱਤਾਂ ਮਾਵਾਂ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਹ ਦੇਖੋ ਮੱਛੀ ਵਰਗਾ ਠੀਕ ਹੈ ਤੇ ਲਿੰਸ ਨਹੀਂ ਹੈਗੇ ਪੂਛ ਹੈਗੀ ਆ ਉਲੀਓਲੀ ਇਹ ਹੈ ਹੈਂਡ ਲਿਮਬ ਡਿਵੈਲਪ ਹੋਗੇ ਤੇ ਪੂਛ ਕੀ ਹੈ ਛੋਟੀ ਹੁੰਦੀ ਜਾਏਗੀ ਤੇਪ ਇਸ ਤੋਂ ਇਹ ਆਪਣੀ ਟੇਲ ਤੋਂ ਭੋਜਨ ਪ੍ਰਾਪਤ ਕਰਦਾ ਹੈ ਦਨ ਇਹਦੇ ਲਿਮਸ ਹੋਰ ਡਵੈਲਪ ਇੰਟਰਨਲੀ ਡਵੈਲਪ ਹੋ ਰਿਹਾ ਐ ਐਂਡ ਤੇ ਇਹ ਕੀ ਆ ਪੂਰਾ ਡਵੈਲਪ ਹੋ ਜਾਂਦਾ ਔਰ ਇਹਦੀ ਪੂਛ ਲੋਪ ਹੋ ਜੇਗੀ ਇਸ ਨੂੰ ਕਾਇ ਪਰਵਰਤਨ ਜਾਂ ਮੈਟਾਮੋਰਫੋਸਿਸ ਕਹਿੰਦੇ ਆ ਇਹ ਫੁੱਲੀ ਡਵੈਲਪ ਠੀਕ ਐ ਇਹਦੀ ਪੂਛ ਜਿਹੜੀ ਹੈਗੀ ਆ ਇਹ ਨੂੰ ਫੂਡ ਪ੍ਰੋਵਾਈਡ ਕਰੇਗੀ ਆਫਟਰ ਏ ਫਿਊ ਵੀਕ ਸਾਰੀ ਇਹਦੀ ਪੂਛ ਲੋਪ ਹੋ ਜਾਂਦੀ ਆ ਔਰ ਇਹ ਠੀਕ ਹੈ ਬਾਇ ਅਬਜ਼ੋਰਬਿੰਗ ਬਾਡੀ ਦੇ ਵਿੱਚ ਹੀ ਐਜ਼ ਅ ਫੂਡ ਦਾ ਸੋਰਸ ਦਾ ਕੰਮ ਕਰਦੀ ਆ ਔਰ ਫੁੱਲੀ ਡਿਵੈਲਪ ਫਰੋਗ ਜਿਹੜਾ ਹੈਗਾ ਉਹ ਪਾਣੀ ਚੋਂ ਬਾਹਰ ਆ ਜਾਂਦਾ ਹੈਗਾ ਤੁਹਾਨੂੰ ਕਾਇਆ ਪਰਵਰਤਨ ਜਾਂ ਮੈਟਾਮੋਰਫੋਸਿਸ ਕਹਿੰਦੇ ਆ ਥੈਂਕ ਯੂ ਫੋਰ ਵਾਚਿੰਗ ਦੀ ਵੀਡੀਓ